ਕਦੀ ਗੁਰੂ ਕੋਲ ਸੁੱਖਣਾ ਨਹੀਂ ਸੁੱਖੀ ਦੀ। ਵੇਖੋ ਸੁੱਖਣਾ ਇੱਕ ਕੰਡੀਸ਼ਨ ਹੁੰਦੀ ਹੈ, ਸੁੱਖਣਾ ਇੱਕ ਲੇਖ ਹੈ। ਇਹ ਸਾਡੇ ਪਤਾ ਨਹੀਂ ਕਿਵੇਂ ਪ੍ਰਚਲਿਤ ਹੋ ਚੁੱਕਾ ਸ਼ਬਦ ਕਿ ਮੈਂ ਇਹ ਸੁੱਖਿਆ। ਸੁੱਖਿਆ ਇੱਕ ਵਪਾਰ ਹੈ ਸੁੱਖਣਾ। ਮੰਨ ਲਓ ਅਸੀਂ ਕਹਿੰਦੇ ਹਾਂ ਮੈਂ ਫਲਾਣੀ ਜਗ੍ਹਾ 'ਤੇ ਪਾਠ ਕਰਾਵਾਂਗਾ, ਜੇ ਮਾਲਕ ਇਹ ਕੰਮ ਤੁਸੀਂ ਕਰ ਦਿਓਗੇ ਤਾਂ। ਮੰਨ ਲਓ ਉਹ ਕੰਮ ਜ਼ਿੰਦਗੀ 'ਚ ਨਾ ਹੋਵੇ, ਫਿਰ ਮੈਨੂੰ ਪਾਠ ਚੰਗਾ ਨਹੀਂ। ਮੈਂ ਗੁਰਦੁਆਰੇ ਇੰਨੇ ਦਿਨ ਸੇਵਾ ਕਰਾਂਗਾ, ਇਹ ਕੰਮ ਤੂੰ ਕਰ ਦੇਈਂ। ਨਹੀਂ ਪਿਆਰਿਓ, ਇਹ ਲੇਖੇ ਨੇ, ਇਹ ਹਿਸਾਬ ਕਿਤਾਬ ਨੇ। ਗੁਰੂ ਕਾ ਸਿੱਖ ਕਦੀ ਵੀ ਰੱਬ ਨਾਲ ਸ਼ਰਤਾਂ ਨਹੀਂ ਲਾਉਂਦਾ, ਗੁਰੂ ਨਾਲ ਸ਼ਰਤਾਂ ਨਹੀਂ ਲਾਉਂਦਾ। ਚੇਤੇ ਰੱਖਿਓ, ਕੰਡੀਸ਼ਨ ਲਾ ਕੇ ਮੁਹੱਬਤ ਨਹੀਂ ਹੁੰਦੀ, ਪਿਆਰ ਤਾਂ ਅਨਕੰਡੀਸ਼ਨ ਹੀ ਹੁੰਦਾ ਹੈ। ਸ਼ਰਤ ਥੋੜਾ ਕੋਈ ਲੱਗਦੀ ਪਿਆਰ 'ਚ। ਹਜ਼ੂਰ ਕਹਿੰਦੇ ਉਸ ਨੂੰ ਕਦੀ ਵੀ ਆਸ਼ਕ ਮਤ ਕਹੋ ਜਿਹੜਾ ਹਿਸਾਬ ਕਿਤਾਬ ਕਰਦਾ, ਤੂੰ ਕੀ ਦੇਗਾ ਤੇ ਮੈਂ ਕੀ ਦਿਆਂਗਾ। ਮੈਂ ਕਈ ਵਾਰੀ ਕਹਿੰਦਾ ਪਿਆਰਿਓ, ਜੇ ਰੱਬ ਇਸ ਤਰ੍ਹਾਂ ਦੀਆਂ ਕੰਡੀਸ਼ਨ ਸ਼ਰਤਾਂ ਨਾਲ ਅਸੀਂ ਰਜਾਣ ਦਾ ਯਤਨ ਕਰਾਂਗੇ, ਇਹਦਾ ਮਤਲਬ ਕਿ ਪਰਮਾਤਮਾ ਭੁੱਖਾ ਮੇਰੀ ਸਿਫਤ ਕਰੋ। ਸੁਣੋ ਫਿਰ, ਅਸੀਂ ਕਹਿੰਦੇ ਹਾਂ ਮੈਂ ਤਾਂ ਪਾਠ ਸਿਮਰਨ ਕਰਾਂਗਾ ਜੇ ਤੂੰ ਆਹ ਕਰੇਗਾ, ਇਹਦਾ ਮਤਲਬ ਰੱਬ ਨੂੰ ਵੀ ਇੱਕ ਡਰ ਹੈ ਵੀ ਜੇ ਨਾ ਸਿਫਤ ਨਾ ਕੀਤੀ ਮੇਰੀ ਹੋਂਦ ਨੂੰ ਖਤਰਾ ਪੈਦਾ ਹੋ ਜਾਣਾ, ਮੇਰੀ ਹੋਂਦ ਖਤਮ ਹੋ ਜਾਏਗੀ, ਮੇਰੇ ਵੋਟ ਘੱਟ ਜਾਣਗੇ। ਇਸ ਕਰਕੇ ਕਹਿੰਦਾ ਇਹਨਾਂ ਦਾ ਕੰਮ ਕਰਾ ਦਿਓ ਜਿਵੇਂ ਕਹਿੰਦੇ ਹਨ। ਇਹਦਾ ਮਤਲਬ ਕਿ ਰੱਬ ਮੰਤਰੀ ਦੀ ਤਰ੍ਹਾਂ ਥੋੜਾ, ਉਹ MLA ਤਰ੍ਹਾਂ ਕਿ ਜੇ ਵੀ ਮੇਰਾ ਆਹ ਕੰਮ ਕਰੋਗੇ ਤੇ ਅਸੀਂ ਤਾਂ ਵੋਟਾਂ ਦੇਣੀਆਂ ਨੇ, ਸਾਡਾ ਨਾ ਕੀਤਾ ਵੋਟ ਨਾ ਮੰਗਣ ਆਇਓ, ਇਹ ਫਿਰ ਸਾਡੀ ਸ਼ਰਤ ਹੋ ਗਈ। ਮੈਂ ਸੁਖਮਨੀ ਸਾਹਿਬ ਤਾਂ ਪੜਾਂਗਾ ਜੇ ਤੂੰ ਇਹ ਕਰੇਗਾ, ਜੇ ਤੂੰ ਨਹੀਂ ਕਰੇਗਾ ਮੈਂ ਨਹੀਂ ਕਰਾਂਗਾ। ਚੇਤੇ ਰੱਖੋ, ਸ਼ਰਤ ਵਿੱਚ ਅਸੀਂ ਰੱਬ ਨੂੰ ਮੁਥਾਜ ਕਰਨ ਦਾ ਯਤਨ ਕਰਨੇ ਆ, ਪਰ ਪਰਮਾਤਮਾ ਕਿਸੇ ਦਾ ਮੁਥਾਜ ਨਹੀਂ। ਜਿੱਦਣ ਸਭ ਕੁਝ ਖਤਮ ਹੋ ਜਾਏਗਾ, ਉਹਦੀ ਖੋਂਦ ਨੂੰ ਤਾਂ ਫਿਰ ਵੀ ਖਤਰਾ ਨਹੀਂ। ਹੁਣ ਅਸੀਂ ਜਦੋਂ ਨਹੀਂ ਸਾਂ ਕਿ ਉਦੋਂ ਪਰਮਾਤਮਾ ਦਾ ਹਸਤੀ ਨਹੀਂ ਸੀ? ਮੇਰੀ ਫਿਰ ਬੇਨਤੀ ਹੈ, ਇਹ ਪਸਾਰਾ ਉਹਨੇ ਆਪਣੀ ਖੇਡ ਰਚੀਏ, ਪਰ ਪਸਾਰਾ ਮਤ ਸਮਝੇ ਕਿ ਮੇਰੇ ਕਰਕੇ ਰੱਬ ਦੀ ਖੋਂਦ ਹੈ। ਮੈਨੂੰ ਯਾਦ ਹੈ ਇੱਕ ਵਾਰੀ ਇੱਕ ਸੱਜਣ ਨੇ ਕਿਹਾ ਸੀ ਕਿ ਕਿਸੇ ਬਜ਼ੁਰਗ ਮਾਈ ਦੇ ਕੋਲ ਇੱਕ ਮੁਰਗਾ ਸੀ। ਮੈਂ ਸਿਰਫ ਥੋੜ੍ਹਾ ਜਿਹਾ ਸਮਝਾਉਣ ਲਈ ਬੇਨਤੀ ਕਰਨ ਲੱਗਾ, ਪਰ ਲੜਾਕੀ ਬੜੀ ਸੀ, ਸਾਰੇ ਪਿੰਡ ਨਾਲ ਸਾਰੇ ਮਹੱਲੇ ਨਾਲ ਲੜਦੀ ਸੀ। ਲੋਕਾਂ ਨੇ ਇੱਕ ਦਿਨ ਫੈਸਲਾ ਕਰ ਲਿਆ ਵੀ ਇਹਨੂੰ ਹੱਥ ਜੋੜੋ, ਵੀ ਤੂੰ ਇੱਥੋਂ ਚਲੀ ਜਾ, ਚੁਗਲੀ ਨਿੰਦਿਆ ਰੱਜ ਕੇ ਕਰਨੀ, ਕਲੇਸ਼ ਪਾਈ ਰੱਖਣ। ਉਹਦੇ ਕੋਲ ਇੱਕ ਮੁਰਗਾ ਸੀ, ਪਰ ਡਰਾਵਾ ਇਸ ਚੀਜ਼ ਦਾ ਦਿੰਦੀ ਸੀ ਕਿ ਜੇ ਮੇਰਾ ਮੁਰਗਾ ਬਾਂਗ ਦਿੰਦਾ ਤੇ ਤਾਂ ਸੂਰਜ ਨਿਕਲਦਾ, ਮੁਰਗਾ ਬਾਗ ਕੁੱਕੜ ਬਾਂਗ ਦਿੰਦਾ ਤਾਂ ਸੂਰਜ ਨਿਕਲਦਾ। ਉਹਨਾਂ ਕਿਹਾ ਰੱਬ ਦਾ ਵਾਸਤਾ, ਸਾਡੇ ਪਿੰਡ ਸੂਰਜ ਨਿਕਲੇ ਨਾ ਨਿਕਲੇ, ਪਰ ਤੂੰ ਖੇੜਾ ਛੱਡ। ਉਹ ਚਲੀ ਗਈ ਪਿੰਡੋ, ਦੂਜੀ ਥਾਂ ਤੇ ਗਈ। ਜਦੋਂ ਦਿਨ ਚੜਿਆ ਤੇ ਉੱਥੇ ਸ਼ੇਖੀ ਮਾਰ ਕੇ ਲੋਕਾਂ ਨੂੰ ਕਹਿੰਦੀ ਹੈ ਮੇਰੇ ਨਾਲ ਧੱਕਾ ਤਾਂ ਕੀਤਾ ਨੇ, ਅੱਜ ਲੱਗਾ ਹੋਣਾ ਪਤਾ ਕਿ ਸੂਰਜ ਕੋਈ ਨਹੀਂ ਨਿਕਲਿਆ ਹੋਣਾ, ਉੱਥੇ ਹਨੇਰੇ 'ਚ ਡੁੱਬੇ ਰਹਿਣਗੇ, ਕਦੀ ਨਹੀਂ ਸੂਰਜ ਨਿਕਲਣਾ। ਉਸ ਪਿੰਡ ਵਿੱਚ ਇੱਕ ਦਾਨਾ ਬੰਦਾ ਸੀ, ਉਹਨੇ ਕਿਹਾ ਮਾਈ ਤੂੰ ਕਹਿ ਕੀ ਰਹੀ ਹੈ? ਉਹ ਕਹਿੰਦੀ ਮੈਨੂੰ ਪਿੰਡ 'ਚੋਂ ਬਾਹਰ ਕੱਢ ਦਿੱਤਾ, ਮੇਰਾ ਮੁਰਗਾ ਬਾਂਗ ਦਿੰਦਾ ਸੀ ਤੇ ਤਾਂ ਸੂਰਜ ਨਿਕਲਦਾ ਸੀ। ਉਸ ਦਾਨੇ ਨੇ ਕਿਹਾ ਕਮਲੀਏ ਚੱਲੀਏ, ਅਸਲ 'ਚ ਮੁਰਗਾ ਬਾਂਗ ਹੀ ਉਦੋਂ ਦਿੰਦਾ ਜਦੋਂ ਦਿਨ ਚੜ੍ਹਦਾ ਹੁੰਦਾ, ਤੇਰੀ ਸੋਚ ਹੀ ਗਲਤ ਹੈ, ਤੂੰ ਆਪਣੇ ਮੁਰਗੇ ਨੂੰ ਵਧਾਤਾ ਸਮਝੀ ਬੈਠੀ, ਇਹਦੇ ਹੁਕਮ ਨਾਲ ਸਮਝਣੀ ਹੈ ਸਭ ਕੁਝ ਮਾਨੇ। ਮੈਂ ਸੱਚੀ ਕਰਾਂ ਕਿ ਅਸੀਂ ਆਪੋ ਆਪਣੇ ਮੁਰਗੇ ਪਕੜ ਕੇ ਬੈਠੇ ਹਾਂ ਕਿ ਜੇ ਮੈਂ ਵਾਹਿਗੁਰੂ ਕਹਾਂਗਾ ਤਾਂ ਹੀ ਵਾਹਿਗੁਰੂ ਹੈ। ਪਿਆਰਿਓ, ਜੇ ਸਾਰੀ ਦੁਨੀਆ ਨਾਸਤਕ ਵੀ ਬਣ ਜਾਏ, ਚੇਤੇ ਰੱਖਿਓ ਪਰਮ ਹਸਤੀ ਨੂੰ ਕੋਈ ਵੀ ਖਤਮ ਨਹੀਂ ਕਰ ਸਕਦਾ, ਕਿਉਂਕਿ ਉਹ ਆਦ ਸੱਚ ਹੈ। ਇਸੇ ਕਰਕੇ ਬਾਬਾ ਜੀ ਨੇ ਕਿਹਾ ਕਿ ਸੁਣ ਵੱਡਾ ਆਖੈ ਸਭ ਕੋਏ, ਕੇਵਲ ਵੱਡਾ ਡੀਠਾ ਹੋਏ, ਕੀਮਤ ਪਾਏ ਨਾ ਕਹਿਆ ਜਾਏ, ਕਹਿਣੇ ਵਾਲੇ ਤੇਰੇ ਰਹੇ ਸਮਾਏ। ਇਸੀ ਬਾਣੀ ਵਿੱਚ ਹਜ਼ੂਰ ਨੇ ਇੱਕ ਬਚਨ ਕਿਹਾ, ਜੇ ਸਭ ਮਿਲ ਕੇ ਆਖਣ ਪਾਹੇ, ਜੇ ਸਾਰੇ ਇਕੱਠੇ ਹੋ ਕੇ ਅਸੀਂ ਰੱਬ ਨੂੰ ਕਹੀਏ, ਤੇ ਬਾਬਾ ਜੀ ਕਹਿੰਦੇ ਵੱਡਾ ਨਾ ਹੋਵੇ ਘਾਟ ਨਾ ਜਾਏ, ਸਾਡੇ ਕਹਿਣ ਨਾਲ ਉਹਨੇ ਘਟਣਾ ਕੋਈ ਨਹੀਂ ਤੇ ਸਾਡੇ ਕਹਿਣ ਨਾਲ ਵੱਡਾ ਨਹੀਂ ਹੋਣਾ, ਕਿਉਂਕਿ ਜ਼ਮੀਨ ਜ਼ਮਾਨ ਕੇ ਵਿਖੇ ਸਮਸਤ ਇੱਕ ਜੋਤ ਹੈ, ਨਾ ਕਾਟ ਹੈ ਨਾ ਬਾਡ ਹੈ ਨਾ ਕਾਟ ਬਾਡ ਹੋਤ ਹੈ। ਅਸੀਂ ਕਿਸ ਭੁਲੇਖੇ ਤੁਰੇ ਫਿਰਨੇ? ਉਸ ਦੀ ਹਸਤੀ ਨਾ ਤਾਤਾ ਨਾ ਮਾਤਾ ਹੈ, ਨਾ ਜਾਤਾ ਨਾ ਪਾਤਾ ਹੈ, ਨਿਰਸ਼ਾਕੰਗ ਸ਼ਰੀਕ ਹੈ, ਉਹਦੀ ਹਸਤੀ ਨੂੰ ਕੋਈ ਚੈਲੰਜ ਨਹੀਂ ਕਰ ਸਕਦਾ।
ਮੈਂ ਇਸ ਕਰਕੇ ਥੋੜਾ ਜਿਹਾ ਇਹਦੇ ਤੇ ਜ਼ੋਰ ਦੇ ਰਿਹਾ ਕਿ ਆਪਾਂ ਕਦੀ ਨਹੀਂ ਫਿਰ ਖਿੰਡਾਂਗੇ। ਅਸੀਂ ਉਦੋਂ ਹੀ ਦੂਜਿਆਂ ਦੇ ਡੇਰਿਆਂ ਤੇ ਜਾ ਕੇ ਡਿੱਗਨੇ ਆ ਜਦੋਂ ਅਸੀਂ ਕੰਡੀਸ਼ਨ ਨਾ ਕੇ ਪਿਆਰ ਕਰ ਲਏ, ਮੈਨੂੰ ਇੱਥੋਂ ਸੁੱਖ ਮਿਲੇਗਾ ਨਹੀਂ। ਜੈਸੀ ਆਗਿਆ ਕੀਨੀ ਠਾਕੁਰ ਤਿਸ ਤੇ ਮੁੱਖ ਨਹੀਂ ਮੋਰਿਓ ਨਾ ਆਸ਼ਕ ਇਹ ਵੇ। ਜੈਸੀ ਆਗਿਆ ਕੀਨੀ ਠਾਕੁਰ ਤਿਸ ਤੇ ਮੁੱਖ ਨਹੀਂ ਮੋਰਿਓ, ਸਹਿਜ ਆਨੰਦ ਰੱਖਿਓ ਗਏ ਭੀਤਰ ਉੱਠ ਵਾਹੂ ਕੋ ਦੌਰਿਓ। ਆਗਿਆ ਮੈਂ ਭੂਖ ਸੋਈ ਕਰ ਸੁਖਾ, ਸੋਗ ਹਰਖ ਨਹੀਂ ਜਾਣਿਓ, ਜੋ ਜੋ ਹੁਕਮ ਭਾਇਓ ਸਾਹਿਬ ਕੋ ਸੋ ਮਾਥੇ ਲੈ ਮਾਨਿਓ। ਸਾਹਿਬ ਕਹਿੰਦੇ ਨੇ ਆਸ਼ਕ ਇਹ ਨਾ ਆਖੀਐ, ਜੇ ਲੇਖੈ ਵਰਤੈ ਸੋਏ। ਜਿਹੜਾ ਲੇਖਿਆਂ ਵਿੱਚ ਪੈਂਦਾ ਹੈ ਰੱਬ ਨਾਲ ਗੁਰੂ ਨਾਲ ਸ਼ਰਤਾਂ ਲਾਉਂਦਾ ਹੈ। ਅੱਗੇ ਫਿਰ ਦੂਸਰਾ ਸ਼ਲੋਕ ਅਸੀਂ ਵਾਚਿਆ ਸੀ ਕਿ ਸਲਾਮ ਨਮਸਕਾਰਾਂ ਕਰਦਾ, ਮੱਥੇ ਟੇਕਦਾ, ਜਵਾਬ ਅੱਗੋ ਆਰਗੂਮੈਂਟ ਵੀ ਕਰਦਾ। ਅੱਗੋ ਕਹਿੰਦਾ ਮੈਂ ਨਹੀਂ ਪਰਵਾਹ ਕਰਦਾ, ਮੈਂ ਬੇਨਤੀ ਕਰਾਂਗਾ ਗੁਰਮੁਖੋ, ਇੱਥੇ ਜੋ ਗੁਰੂ ਕਹਿੰਦਾ ਇਹਦੇ ਹੁਕਮ ਵਿੱਚ ਹੀ ਭਲਾ ਜੇ। ਜੇ ਮੰਨ ਲਓ ਅਸੀਂ ਕਈ ਵਾਰੀ ਕਲਬ ਵੀ ਜਾਂਦੇ ਹਾਂ ਨਾ, ਕਲਬ ਕੇ ਆਪਣਾ ਖੂਨ ਸਾੜਾਂਗੇ, ਗੁਰੂ ਦਾ ਕੁਛ ਨਹੀਂ ਵਿਗੜਨਾ, ਹੁਕਮ ਵਿੱਚ ਬੜਾ ਸੁੱਖ ਜੇ। ਸਲਾਮ ਜਵਾਬ ਦੋਵੇਂ ਕਰੇ। ਜਿਹੜਾ ਬੰਦਾ ਮੱਥਾ ਵੀ ਟੇਕਦਾ ਤੇ ਅੱਗੋਂ ਹੁਕਮ ਵੀ ਨਹੀਂ ਮੰਨਦਾ, ਮਹਾਰਾਜ ਕਹਿੰਦੇ ਮੁੰਡੋਂ ਕੁੱਥਾ ਜਾਏ, ਉਹ ਤੋਂ ਮੁੱਢ ਤੋਂ ਹੀ ਭੁੱਲਿਆ ਹੋਇਆ, ਮੁੰਡੋ ਕੁੱਥਾ ਜਾਏ, ਨਾਨਕ ਦੋਵੇਂ ਕੂੜੀਆਂ, ਉਹਦਾ ਮੱਥਾ ਟੇਕਣਾ ਤੇ ਉਹਦਾ ਜਵਾਬ ਦੇਣਾ ਦੋਵੇਂ ਹੀ ਝੂਠੇ ਨੇ, ਥਾਏ ਨਾ ਕਾਈ ਪਾਏ। ਉਹਦਾ ਮੱਥਾ ਟੇਕਣਾ ਵੀ ਕਿਤੇ ਥਾਂ ਨਹੀਂ ਪੈਂਦਾ, ਕਿਤੇ ਅਰਥ ਨਹੀਂ। ਉਹ ਜਦੋਂ ਇਹ ਦੋ ਸ਼ਲੋਕ ਸੰਪੂਰਨ ਹੋਏ, ਅੱਗੇ ਫਿਰ ਗੁਰੂ ਨਾਨਕ ਸਾਹਿਬ ਦੀ ਪੌੜੀ ਹੈ। ਇਸ ਪੌੜੀ ਦਾ ਪਾਠ ਹੈ ਜੀ ਕਿ ਜਿਤ ਸੇਵੀਐ, ਇਹ ਮੈਂ ਬੇਨਤੀ ਕਰਾਂਗਾ ਇਹਦਾ ਪਾਠ ਸੇਵੀਐ ਨਹੀਂ ਕਰਨਾ, ਸੇਵੀਐ ਨਾਸਕੀ ਹੈ, ਸੱਸੇ ਨੂੰ ਸਿਹਾਰੀ ਹੈ, ਵਾਹਿਗੁਰੂ ਸੱਸੇ ਨੂੰ ਲਾਂਖ ਹੈ, ਵਾਹਵੇ ਨੂੰ ਸਿਹਾਰੀ ਏ, ਐੜੇ ਉੱਤੇ ਦੋ ਲਾਵਾਂ ਪਈਆਂ ਨੇ, ਸੇਵੀਐ ਜਿਵੇਂ ਪਾਠ ਸੁਣਿਆ ਕਰਨੇ। ਜਿਤ ਲਫਜ਼ ਦਾ ਅਰਥ ਹੈ ਜਿਸ, ਜਿਸ ਨੂੰ ਸੇਵੀਐ, ਸੇਵਿਆਂ ਦਾ ਅਰਥ ਹੈ ਸਿਮਰਨ ਨਾਲ। ਕੁਛ ਵਿਦਵਾਨਾਂ ਨੇ ਸੇਵਿਆਂ ਦਾ ਅਰਥ ਕੀਤਾ ਹੈ ਸੇਵਾ ਦੇ ਨਾਲ, ਸੇਵਾ ਵੀ ਅਰਥ ਕੀਤਾ। ਜਿਤ ਸੇਵਿਆਂ, ਜਿਹਦਾ ਸਿਮਰਨ ਕਰਨ ਦੇ ਨਾਲ, ਜਿਹਦੀ ਸੇਵਾ ਕਰਨ ਦੇ ਨਾਲ ਮਹਾਰਾਜ ਕਹਿੰਦੇ ਸੁੱਖ ਪਾਈ ਹੈ। ਜਿਸ ਪਰਮਾਤਮਾ ਦੀ ਸਿਮਰਨ ਕਰਨ ਨਾਲ, ਸੇਵਾ ਕਰਨ ਨਾਲ ਆਤਮਿਕ ਸੁੱਖ ਮਿਲਦਾ, ਜਾਗਤਿਕ ਸੁੱਖ ਵੀ ਮਿਲਦਾ, ਜਾਗਤਿਕ ਦਰ ਤਾਂ ਜਗਤ ਦਾ ਵੀ ਸੁੱਖ ਮਿਲਦਾ। ਜਿਤ ਸੇਵੀਐ ਸੁੱਖ ਪਾਈਐ, ਉਹਦੇ ਬਾਰੇ ਕੀ ਕਰੀਏ? ਗੁਰੂ ਨਾਨਕ ਸਾਹਿਬ ਕਹਿੰਦੇ ਨੇ ਸੋ ਸਾਹਿਬ, ਇਹਨੂੰ ਸਾਹਿਬ ਨਹੀਂ ਪੜ੍ਹਨਾ। ਮੇਰੀ ਬੇਨਤੀ ਹੈ ਅਕਸਰ ਜੀ ਸਾਡੇ ਬੰਦੇ, ਸਾਹਿਬ ਮੇਰਾ ਏਕੋ ਹੈ। ਦੇਖੋ ਇੱਥੇ ਖਾਹੇ ਨੂੰ ਸਿਹਾਰੀ ਸਿਹਾਰੀ ਹੈ, ਛੋਟੀ ਇੱਕੀ ਮਾਤਰਾ, ਸੱਸਾ ਕੰਨਾ ਖਾਹੇ ਨੂੰ ਸਿਹਾਰੀ, ਸਾਹਿਬ ਨਹੀਂ ਪੜ੍ਹਨਾ ਸਾਹਿਬ ਪੜ੍ਹਨਾ ਹੈ, ਸਿਹਾਰੀ ਦਾ ਉਚਾਰਨ ਕਰਨਾ। ਜਿਤ ਸੇਵੀਐ ਸੁੱਖ ਪਾਈਐ, ਪਾਈਏ ਨਹੀਂ ਪਾਈਐ, ਸੋ ਸਾਹਿਬ। ਹੁਣ ਦੇਖੋ ਇੱਥੇ ਲਫ਼ਜ਼ ਸੋ ਵਰਤਣਾ। ਇੱਕ ਪਾਠ ਨਾ ਅਕਸਰ ਅਸੀਂ ਸਾਰੇ ਬੋਲਦੇ ਹਾਂ ਜਦੋਂ ਹੁਕਮਨਾਮਾ ਆਉਂਦਾ, ਸੋ ਕਹੋ ਟਲ ਗੁਰ ਸੇਵੀਐ, ਉਹ ਸੱਜਣ ਸੋ ਕਹੋ ਟਲ ਕਹੀ ਜਾਂਦਾ, ਉੱਥੇ ਹੋੜਾ ਨਹੀਂ ਔਂਕੜ ਬੋਲਣੀ ਹੈ, ਸੋ ਕਹੋ ਟਲ ਗੁਰ ਸੇਵੀਐ, ਐਨਿਸ ਸਹਿ ਸੁਭਾਏ ਦਰਸ਼ਨ ਪਰਸਿਆ, ਨਹੀਂ ਪਰਸਿਆ, ਦਰਸ਼ਨ ਪਰਸਿਆ ਗੁਰੂ ਕੇ, ਜਨਮ ਮਰਨ ਦੁਖ ਜਾਏ, ਜ਼ਿਆਦਾ ਦੂਰ ਨਾ ਜਾਓ। ਚਲੋ ਮੈਂ ਗੱਲ ਤੇ ਜ਼ੋਰ ਦਿੱਤਾ ਸੀ, ਮੈਂ ਤਾਂ ਕਹਾਂਗਾ ਬੜਾ ਚੰਗਾ ਹੋਵੇਗਾ ਜੇ ਗੁਰਪੁਰਬ ਸੱਚੀ ਗੱਲ 40 ਦਿਨ ਮਨਾ ਲਓ, ਤਾਂ ਸ਼ੁੱਧ ਪਾਠੀ ਲਿਆਓ। ਤੁਸੀਂ ਪੜ੍ਹੇ ਲਿਖੇ ਸੱਜਣੋ, 40 ਦਿਨ ਜ਼ਿੰਦਗੀ 'ਚ ਕਿੰਨੇ ਕੁ ਨੇ? ਇੱਥੇ ਪੋਥੀ ਸਾਹਿਬ ਦਾ ਪ੍ਰਕਾਸ਼ ਹੋਵੇ ਚਾਰ ਚੁਫੇਰੇ ਪੋਥੀਆਂ ਦਾ, ਕੋਲ ਪੈਨ ਕਾਗਜ਼ ਪਿਆ ਹੋਵੇ, ਗੁਰੂ ਕਾ ਸਿੱਖ ਪਾਠ ਕਰੇ ਅਤੇ ਸੰਗਤ ਪਾਠ ਨੂੰ ਸੁਣੇ, ਜਿੱਥੇ ਉਚਾਰਨ ਦੀ ਸਮਝ ਨਾ ਪਏ ਉਹਨੂੰ ਕਾਪੀ 'ਤੇ ਨੋਟ ਕਰੇ, ਉਸ ਪਾਠੀ ਸਿੰਘ ਤੋਂ ਪੁੱਛ ਲੈ। ਚਾਰ ਦਿਨ ਕਿਤੇ ਸੰਥਿਆ ਸਹਿਜ, 40 ਦਿਨ ਸੰਥਿਆ ਸਹਿਜ ਪਾਠ ਕਰ ਲੋਗੇ ਨਾ, ਚੇਤੇ ਰੱਖਿਓ ਅਗਲੇ ਸਾਲ ਗੁਰਪੁਰਬ ਨੂੰ ਬੱਚੇ ਧੀਆਂ ਪੈਣਾ ਖੁਦ ਅਖੰਡ ਪਾਠੀ ਹੋਏ ਹੋਣਗੇ।
ਵੇਖੋ ਤੁਸੀਂ ਅਸੀਂ ਚੱਲੀਏ ਇਸ ਬਾਰੇ, ਸਿੱਖੀ ਤਾਂ ਕਾਇਮ ਰਹਿਣੀ ਜੇ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਚੱਲੇਗੀ, ਜੇ ਸ਼ਬਦ ਦੀ ਗੱਲ ਨਹੀਂ ਚੱਲੇਗੀ। ਗੁਰਮੁਖੋ ਬਾਹਰ ਦੇ ਇਮੋਸ਼ਨ ਰੋਕ ਕੇ ਜਕਾਰੇ, ਇਹ ਗੱਲਾਂ ਕਿੰਨੇ ਕੁ ਦਿਨ ਚੱਲਣਗੀਆਂ? ਹੁਣ ਦੇਤੋ ਇਹ ਤੇ ਸ਼ਬਦ ਸੁੱਖ ਕਹੋ ਟਲ ਗੁਰ ਸੇਵੀ ਹੈ। ਮੈਂ ਸ਼ਬਦ ਪੜ੍ਹਿਆ ਦਰਸ਼ਨ ਪਰਸੇ, ਅਸੀਂ ਅਰਦਾਸ ਵੀ ਇੱਕ ਸ਼ਬਦ ਪੜ੍ਹਨੇ, ਤੂੰ ਠਾਕੁਰ ਤੂੰ ਪੈ ਅਰਦਾਸ, ਜਿਉ ਪਿੰਡ ਸਭ ਤੇਰੀ ਰਾਸ, ਤੂੰ ਮਾਤ ਪਿਤਾ ਹਮ ਬਾਰਿਕ। ਰਾਰੇ ਨੂੰ ਸਿਹਾਰੀ ਲੱਗੀ ਜੀ, ਤੂੰ ਮਾਤ ਪਿਤਾ ਹਮ ਬਾਰਿਕ ਤੇਰੇ, ਤੁਮਰੀ ਕਿਰਪਾ ਮੈਂ ਸੋ ਕਨੇਰੇ, ਕੋਈ ਨਾ ਜਾਣੇ ਤੁਮਰਾ ਅੰਤ ਉੱਚੇ। ਕਈ ਸੇ ਬੋਲਦੇ ਆ ਜੀ ਇੱਥੇ, ਉੱਚੇ ਸੇ ਨਹੀਂ ਪੂਰਾ ਸ਼ਬਦ। ਮੈਂ ਕਹਿੰਦਾ ਕਿੰਨੇ ਸਾਲ ਹੋ ਗਏ ਸਾਨੂੰ ਤੇ ਇਹ ਪੜ੍ਹਦਿਆਂ, ਹਾਲਾਂਕਿ ਇਹਦੀ ਜਿਹੜੀ ਤਰਜੇ ਉਹ ਵੀ ਤੁਹਾਨੂੰ ਸਭ ਪਤਾ ਹੋਣਾ, ਪੰਜਾਬੀ ਦੇ ਇੱਕ ਗੀਤ ਨਾਲ ਸੰਬੰਧਿਤ, ਤੂੰ ਠਾਕੁਰ ਕਾਲਾ ਡੋਰੀਆ, ਉਹਦੇ ਨਾਲ ਇਹ ਜੁੜਿਆ ਜੀ ਤਰਜ। ਪਰ ਉੱਚੇ ਤੇ ਹੈ, ਉੱਚੇ ਤੇ ਸੇ ਨਹੀਂ ਹੈਗਾ ਇਸ ਪੂਰੇ ਪਦੇ ਚ। ਉੱਤੇ ਤੇ ਉੱਚਾ ਭਗਵੰਤ ਸਗਲ ਸਮੱਗਰੀ, ਇੱਥੇ ਪਾਠ ਸਮੱਗਰੀ ਹੈ। 22ਵੀਂ ਪੌੜੀ ਚ ਮੇਰਾ ਖਿਆਲ ਇੱਕ ਪਾਠ ਹੁੰਦਾ ਸਮਿਗਰੀ, ਉੱਥੇ ਵੀ ਸਾਰੇ ਸੱਜਣ ਸਮੱਗਰੀ ਪੜੀ ਜਾਂਦੇ, ਉੱਥੇ ਪਾਠ ਸਮਿਗਰੀ ਹੈ। ਸਗਲ ਸਮੱਗਰੀ ਤੁਮਰੈ ਸੂਤਰ ਧਾਰੀ, ਤੁਮ ਤੇ ਫਿਰ ਸੇ ਨਹੀਂ ਬੋਲਣਾ, ਤੁਮ ਤੇ ਹੋਏ ਸੋ ਆਗਿਆਕਾਰੀ। ਮੈਂ ਤਾਂ ਬੇਨਤੀ ਕਰਾਂ, ਹੁਣ ਤੇਗ ਬਹਾਦਰ, ਤੇਗ ਬਹਾਦਰ ਸਿਮਰਿਆ ਪੜ੍ਹਨਾ, ਸਿਮਰੀਏ ਨਹੀਂ ਪੜ੍ਹਨਾ। ਅਕਸਰ ਮੈਂ ਦੇਖਣਾ ਇਹ ਕੰਨਾਂ ਚ ਆਵਾਜ਼ ਪੈਂਦੀ, ਤੇਗ ਬਹਾਦਰ ਸਿਮਰੀਏ, ਨਹੀਂ ਤੇਗ ਬਹਾਦਰ ਸਿਮਰਿਆ ਘਰ ਨੌਨਿਦ ਆਵੈ ਤਾਏ। ਮੈਂ ਫਿਰ ਬੇਨਤੀ ਕਰਾਂਗਾ, ਮੇਰਾ ਮਕਸਦ ਸਿਰਫ ਇਹ ਸੀ ਕਿ ਜਿੰਨੀ ਕੁ ਮੈਨੂੰ ਸੋਝੀ ਪਏ ਮੈਂ ਸੰਗਤ ਤੱਕ ਜ਼ਰੂਰ ਪਹੁੰਚਾਵਾਂ। ਪਰ ਸੋਝੀ ਦਾ ਅਰਥ ਇਹ ਨਹੀਂ ਕਿ ਮੈਂ ਬਿਲਕੁਲ ਸ਼ੁੱਧ ਬਾਣੀ ਪੜ੍ਹਨਾ ਵਾ, ਨਹੀਂ। ਜਿੱਤ ਸੇਵੀਆਂ ਜਿਹਦਾ ਸਿਮਰਨ ਕਰਨ ਦੇ ਨਾਲ ਸਹਿਬ ਬਚਨ ਕਰ ਰਹੇ ਨੇ, ਸੁੱਖ ਪਾਈਏ ਜਿਹਦਾ ਸਿਮਰਨ ਕਰਨ ਦੇ ਨਾਲ ਸੁੱਖ ਮਿਲਦਾ। ਸੋ ਸਾਹਿਬ ਉਸ ਵਾਹਿਗੁਰੂ ਨੂੰ, ਉਸ ਮਾਲਿਕ ਨੂੰ, ਸਾਹਿਬ ਦਾ ਅਰਥ ਮਾਲਿਕ ਹੈ, ਸੋ ਸਾਹਿਬ ਸਦਾ ਸੰਭਾਲੀਏ। ਸੰਭਾਲੀਏ ਦਾ ਅਰਥ ਹੁੰਦਾ ਯਾਦ ਕਰਨਾ, ਸੰਭਾਲੀਏ ਦਾ ਅਰਥ ਹੁੰਦਾ ਕਿਸੇ ਦੀ ਚਿੰਤਨ ਵੀ ਜੀਣਾ। ਜਿਸ ਪ੍ਰਭੂ ਨੂੰ ਚੇਤੇ ਕੀਤਿਆਂ ਤੈਨੂੰ ਇੱਕ ਦਿਨ ਦਾ ਸੁੱਖ ਮਿਲਿਆ, ਤੂੰ ਕਹਿੰਦਾ ਅੱਜ ਸਿਮਰਨ ਕੀਤਾ, ਸੱਚ ਏਵੇ ਪੁੱਛੂ ਕੁਝ ਨਾ, ਇਹਨਾਂ ਅੰਦਰ ਨੂੰ ਠੰਡ ਪਈ। ਮਹਾਰਾਜ ਕਹਿੰਦੇ ਜੇ ਇੱਕ ਦਿਨ ਠੰਡ ਪੈ ਗਈ, ਇੱਕ ਕੰਮ ਕਰ, ਇਸ ਸਿਮਰਨ ਨੂੰ ਰੋਜ਼ ਸ਼ੁਰੂ ਕਰ ਦੇ। ਜਿੱਤ ਸੇਵੀਆਂ ਸੁੱਖ ਪਾਈਏ, ਸੋ ਸਾਹਿਬ ਸਦਾ ਸੰਭਾਲੀਏ। ਮੈਂ ਇਸ ਤੁਕ ਦੇ ਅਰਥ ਜ਼ਰੂਰ ਕਰਨੇ ਚਾਹੁੰਦਾ ਕਿ ਦੇਖੋ ਦੁੱਖ ਤੇ ਸੁੱਖ ਸਾਡੀ ਜ਼ਿੰਦਗੀ ਦਾ ਹਿੱਸਾ ਨੇ, ਇਹ ਨਾ ਵੀ ਕਰੋ ਤਾਂ ਵੀ ਆਉਣੇ ਨੇ। ਤੇ ਇਹ ਵੀ ਸੱਚ ਹੈ ਕਿ ਸੁੱਖ ਵਾਸਤੇ ਲੋਕ ਝੋਲੀਆਂ ਅੜਦੇ ਨੇ, ਦੁੱਖ ਵਾਸਤੇ ਕਦੀ ਕਿਸੇ ਨੇ ਕੋਈ ਤਰੱਦਦ ਕੀਤਾ, ਅਰਦਾਸ ਕੀਤੀ? ਦੁੱਖ ਆਪਣੇ ਆਪ ਆਉਂਦੇ ਨੇ। ਗੁਰੂ ਸਾਹਿਬ ਨੇ ਬਾਣੀ ਚ ਸ਼ਬਦ ਕਹਿ, ਸੁੱਖ ਕੋ ਮੰਗ ਹੈ ਸਭ ਕੋ ਦੁੱਖ ਨਾ ਮੰਗ ਹੈ ਕੋਏ, ਸੁੱਖ ਹੈ ਕੋ ਦੁੱਖ ਅਗਲਾ ਮਨਮੁਖ ਬੂਝ ਨਾ ਹੋਏ। ਮੈਂ ਅਰਜ਼ ਕਰਾਂਗਾ ਇੱਕ ਹੈ ਜਾਗਤਿਕ ਸੁੱਖ, ਮੈਂ ਜਾਗਤਿਕ ਸ਼ਬਦ ਤਾਂ ਵਰਤਿਆ ਜਗਤ ਦਾ ਸੁੱਖ, ਇੱਕ ਹੈ ਆਤਮਕ ਸੁੱਖ। ਜੇ ਸੁੱਖ ਦੀ ਗੱਲ ਗੁਰੂ ਨਾਨਕ ਸਾਹਿਬ ਕਰ ਰਹੇ ਨੇ, ਦਰਅਸਲ ਇਸ ਸੁੱਖ ਦਾ ਨਾਮ ਤੁਹਾਡੇ ਅੰਦਰ ਨਾਲ, ਆਤਮਾ ਨਾਲ, ਮਨ ਨਾਲ ਹੈ। ਗੁਰਮੁਖੋ ਜਦੋਂ ਮਨ ਸੁੱਖ ਵਿੱਚ ਭਿੱਜ ਜਾਏ, ਉਦੋਂ ਜਗਤ ਦਾ ਦੁੱਖ ਵੀ ਸੁੱਖ ਬਣ ਜਾਂਦਾ ਹੁੰਦਾ ਹੈ। ਦੁੱਖ ਦਾਰੂ ਸੁਖ ਰੋਗ ਪਿਆ ਜਾਂ ਸੁੱਖ ਤਾਮ ਨਾ ਖੋਈ। ਜਿੱਥੇ ਆਤਮਕ ਸੁੱਖ ਆਵੇਗਾ ਉੱਥੇ ਇਹਦਾ ਮਤਲਬ ਇਹ ਨਹੀਂ ਕਿ ਦੁੱਖ ਨਹੀਂ ਆਉਣਗੇ। ਗੁਰੂ ਅਰਜੁਨ ਦੇਵ ਜੀ ਜਿੰਨਾ ਕੁ ਸੁਖੀ ਹੋਵੇਗਾ, ਤੇ 5 ਦਿਨ ਉਹਨਾਂ ਨੂੰ ਤਸੀਹੇ ਦਿੱਤੇ, ਛੋਟਾ ਦੁੱਖ ਨਹੀਂ। ਉਬਲਦੀ ਦੇਗ, ਤਪਦੀ ਤਵੀ, ਸੀਸ ਚਰੇਤਾ, ਤੇ ਤਰਕ ਕਹਿ ਹੀ ਦੇਗਾ ਨਾ, ਮਹਾਰਾਜ ਤਾਂ ਕਹਿੰਦੇ ਸਨ ਵੀ ਨਾਮ ਚ ਬੜਾ ਸੁੱਖ ਹੈ, ਉਹਨਾਂ ਨੂੰ ਤੇ ਤੱਤੀ ਤਵੀ ਤੇ ਬਿਠਾ ਦਿੱਤਾ। ਇਸੇ ਗੱਲ ਨੂੰ ਸੁਣੋ, ਆਸ਼ਕ ਨਾਲ ਜੁੜ ਕੇ ਤਾਂ ਇਹ ਪੌੜੀ ਦਰਜ ਕੀਤੀ ਕਿ ਜਿਸ ਦਾ ਸਿਮਰਨ ਕੀਤਿਆਂ ਤੇਰੇ ਕੋਲ ਆਤਮਕ ਸੁੱਖ ਆ ਜਾਏ। ਆਤਮਕ ਸੁੱਖ ਵਾਲਾ ਦੁੱਖ ਤੇ ਸੁੱਖ ਵਿੱਚ ਕਦੀ ਨਹੀਂ ਕਹਿੰਦਾ ਰੱਬ ਨੇ ਚੰਗਾ ਕੀਤਾ ਕਿ ਮੰਦਾ ਕੀਤਾ। ਦੁੱਖ ਤੇ ਸੁੱਖ ਦਾ ਅਰਥ ਸੰਸਾਰ ਦਾ। ਜਿੱਤ ਸੇਵਿਆ ਸੁੱਖ ਪਾਈਏ, ਜਿਹਦਾ ਚਿੰਤਨ ਕੀਤਾ ਕਰਨ ਨਾਲ ਤੈਨੂੰ ਸੁੱਖ ਮਿਲੇ, ਕਿਉਂਕਿ ਉਹ ਹੈ ਹੀ ਸੁੱਖਾਂ ਦਾ ਖਜ਼ਾਨਾ।
ਹਜ਼ੂਰ ਦੀ ਬਾਣੀ ਚੋਂ ਆਓ ਥੋੜਾ ਜਿਹਾ ਦੇਖੀਏ, ਸਿਮਰਨ ਵਰਗਾ ਸੁੱਖ ਕੋਈ ਨਹੀਂ। ਮੈਂ ਸੱਚ ਕਹਿਣਾ, ਆਪ ਦਾ ਵੀ ਤਜਰਬਾ ਹੋਣਾ, ਜਿੰਨੇ ਮਰਜ਼ੀ ਜਗਤ ਦੀਆਂ ਸਹੂਲਤਾਂ ਇਕੱਠੀਆਂ ਕਰ ਲਓ, ਜਗਤ ਦੀ ਸਹੂਲਤ ਵਿੱਚੋਂ ਅੱਜ ਤੱਕ ਕਦੀ ਕਿਸੇ ਨੂੰ ਅੰਦਰ ਦਾ ਸੁੱਖ ਨਹੀਂ ਮਿਲਿਆ। ਆ ਝੌਂਪੜੀਆਂ ਚ ਲੋਕ ਰਹਿੰਦੇ ਆ ਜੀ, ਤੁਹਾਡੇ ਚਲੋ ਠੰਡ ਘੱਟ ਪੈਂਦੀ। ਅਸੀਂ ਪੰਜਾਬ ਵੀ ਦੇਖਦੇ ਹਾਂ ਕਿ ਸਾਡੇ ਲੁਧਿਆਣੇ ਪੁਲਾਂ ਤੇ ਸੁੱਤੇ ਨਿੱਕੇ ਨਿੱਕੇ ਨਿਆਣੇ, ਦੋ ਦੋ ਮਹੀਨੇ ਦੇ ਲੈ ਕੇ ਬੀਬੀਆਂ ਪੁਲਾਂ ਤੇ ਸੁੱਤੀਆਂ, ਬੱਚਿਆਂ ਨੂੰ ਠੰਡ ਹੀ ਕੋਈ ਨਹੀਂ ਲੱਗਦੀ। ਚੰਗੇ ਭਲੇ ਖੇਡਦੇ ਨੇ ਸਵੇਰੇ ਤੇ ਆਪਣੇ ਹੀਟਰ ਵੀ ਲੱਗੇ ਨੇ, ਗਰਮ ਕੱਪੜਿਆਂ ਚ ਵੀ ਲਪੇਟਦੀਆਂ ਨੇ। ਤੇ ਚੇਤੇ ਰੱਖਿਓ, ਬੱਚਿਆਂ ਵਾਲੇ ਹਸਪਤਾਲ ਅੱਗੇ ਜ਼ਿਆਦਾ ਅਮੀਰ ਹੀ ਖਲੋਤੇ ਹੁੰਦੇ ਨੇ, ਨਿਆਣੇ ਨੂੰ ਠੰਡ ਲੱਗ ਗਈ। ਇਹਦਾ ਮਤਲਬ ਇਹ ਨਹੀਂ ਕਿ ਰੱਬ ਵਿਤਕਰਾ ਕਰਦਾ। ਮੈਂ ਸਿਰਫ ਇਹ ਕਹਿਣਾ ਚਾਹੁੰਦਾ, ਜਿਹਦੇ ਕੋਲ ਸਹੂਲਤਾਂ ਨੇ ਉਹਨੂੰ ਫਿਰ ਵੀ ਤਾਪ ਚੜ੍ਹਦਾ ਪਿਆ, ਜਿਹਦੇ ਕੋਲ ਕੋਈ ਸਹੂਲਤ ਨਹੀਂ ਉਹ ਚੰਗਾ ਪੜਾ, ਉਹਨੇ ਕਿਹੜੇ ਟੀਕੇ ਲਵਾਏ ਜੰਮਦੇ ਨਿਆਣੇ ਨੂੰ, ਬਿਲਕੁਲ ਠੀਕ। ਮੈਂ ਤਾਂ ਅਰਜ਼ ਕਰਨ ਲੱਗਾ, ਸਹੂਲਤ ਵਿੱਚ ਸਾਧਨ ਮਿਲ ਸਕਦੇ ਨੇ, ਸਹੂਲਤਾਂ ਮਿਲ ਸਕਦੀਆਂ ਨੇ, ਪਰ ਪੀਸ ਆਫ ਮਾਈਂਡ ਸਹੂਲਤਾਂ ਵਿੱਚੋਂ ਨਹੀਂ। ਇਹਨੂੰ ਸੁਣੋ, ਬੈੱਡ 4 ਲੱਖ ਦਾ ਬਣ ਸਕਦਾ, ਪਲੰਘ 10 ਲੱਖ ਦਾ ਬਣ ਸਕਦਾ, ਪਰ 10 ਲੱਖ ਦੇ ਪਲੰਘ ਉੱਤੇ ਨੀਂਦ ਸੌਖੀ ਨਹੀਂ ਪੈ ਸਕਦੀ। ਮੈਂ ਕਈ ਵਾਰੀ ਕਹਿੰਦਾ ਨਾ, ਐਨਕਾਂ ਦਾ ਫਰੇਮ ਸੋਨੇ ਦਾ ਬਣਾ ਲਓ, ਪਰ ਚੇਤੇ ਰੱਖਿਓ ਸੋਨੇ ਦੇ ਫਰੇਮ ਨਾਲ ਨਜ਼ਰ ਕੋਈ ਨਹੀਂ ਮਿਲਦੀ ਹੁੰਦੀ। ਰੁਪਈਏ ਨਾਲ ਲਾਇਬ੍ਰੇਰੀਆਂ ਖਰੀਦ ਲਓ, ਪਰ ਅਕਲ ਨਹੀਂ ਕੇਵਲ ਰੁਪਈਆਂ ਨਾਲ ਕਿਤਾਬਾਂ ਖਰੀਦਣ ਨਾਲ ਆਉਂਦੀ। ਜਿਹੜਾ ਅੰਦਰ ਦਾ ਸੁੱਖ ਹੈ ਉਹ ਸਹੂਲਤ ਵਿੱਚੋਂ ਨਹੀਂ। ਮੈਂ ਦੋਨੋਂ ਪੱਖ ਬਾਣੀ ਚ ਰੱਖਣੇ ਨੇ, ਇੱਕ ਪਾਸੇ ਜਾਗਤਿਕ ਸੁੱਖ ਹੈ, ਦੂਜੇ ਪਾਸੇ ਆਤਮਕ ਸੁੱਖ ਹੈ। ਸੱਚ ਇਹ ਵੇ ਕਿ ਦੁਨੀਆਂ ਦਾ ਸੁੱਖ ਰੱਬ ਦੇ ਨਾਮ ਦੇ ਸੁੱਖ ਦਾ ਮੁਕਾਬਲਾ ਨਹੀਂ ਕਰ ਸਕਦਾ। ਦੁਨੀਆਂ ਦਾ ਸੁੱਖ ਹੈ ਕਿ ਸੁੰਦਰ ਸੇਜ ਅਨੇਕ ਸੁੱਖ ਰਸ ਭੋਗਣ ਪੂਰੇ ਜੈਤ ਸ੍ਰੀ ਕੀ ਵਾਰ। ਇਸ ਵਾਰ ਦੀ ਪੌੜੀ ਚ ਮੇਰਾ ਖਿਆਲ ਕੋਈ ਸੁੱਖ ਹੈ ਹੀ ਨਹੀਂ ਜਿਹੜਾ ਮਹਾਰਾਜ ਗੁਰੂ ਅਰਜਨ ਦੇਵ ਨੇ ਗਿਣਿਆ ਨੇ। ਸੁੰਦਰ ਸੇਜ, ਇਹਦਾ ਅਰਥ ਜੀਵਨ ਸਾਥੀ ਓਸ਼ੀਨ, ਅਨੇਕ ਸੁੱਖ। ਹੁਣ ਅਨੇਕ ਸੁੱਖ ਦਾ ਸੰਬੰਧ ਸਹੂਲਤ ਨਾਲ, ਅਨੇਕਾਂ ਸੁੱਖ ਨੇ, ਨੌਕਰ ਚਾਕਰ ਨੇ, ਹਰ ਤਰ੍ਹਾਂ ਦੀ ਰੋਟੀ ਪਾਣੀ, ਕਿਸੇ ਚੀਜ਼ ਦੀ ਕਮੀ। ਸੁੰਦਰ ਸੇਜ ਅਨੇਕ ਸੁੱਖ ਰਸ ਭੋਗਣ ਪੂਰੇ, ਕਿਹੜਾ ਰਸ ਹੈ ਜਿਹੜਾ ਉਹਨੇ ਸਰੀਰਕ ਤੌਰ ਤੇ ਭੋਗਿਆ ਨੇ, ਅੱਖਾਂ ਦਾ ਹੋਵੇ, ਜ਼ਬਾਨ ਦਾ ਹੋਵੇ, ਕੰਨਾਂ ਦਾ ਹੋਵੇ, ਇੰਦਰੀਆਂ ਦਾ ਹੋਵੇ, ਹਰ ਸੁੱਖ ਉਹਨੇ ਭੋਗਿਆ। ਸੁੰਦਰ ਸੇਜ ਅਨੇਕ ਸੁੱਖ ਰਸ ਭੋਗਣ ਪੂਰੇ, ਗ੍ਰਹਿ ਸੋਇਨ, ਸੋਨਾ ਘਰ ਚ ਜੜਿਆ ਪਿਆ, ਚੰਦਨ ਸੁਗੰਧ ਘਰ ਵਿੱਚ, ਕੀਮਤੀ ਤੋਂ ਕੀਮਤੀ ਚੰਦਨ ਦੀ ਸੁਗੰਧ ਹੀ। ਮਹਾਰਾਜ ਕਹਿੰਦੇ ਨੇ, ਸੁੰਦਰ ਸੇਜ ਅਨੇਕ ਸੁੱਖ ਰਸ ਭੋਗਣ ਪੂਰੇ, ਗ੍ਰਹਿ ਸੋਇਨ, ਚੰਦਨ ਸੁਗੰਧ ਲਾਏ ਮੋਤੀ ਹੀਰੇ। ਉਹਦੇ ਘਰ ਦੇ ਫਰਸ਼ ਵਿੱਚ ਮੋਤੀ ਜੜੇ ਨੇ ਜੀ, ਹੀਰੇ ਜੜੇ ਨੇ। ਲਾਏ ਮੋਤੀ ਹੀਰੇ, ਮਨ ਇੱਛੇ ਸੁੱਖ ਮਾਣਦਾ। ਮੈਂ ਬੇਨਤੀ ਕਰਾਂਗਾ, ਇਹ ਜਾਗਤਿਕ ਸੁੱਖ ਹੈ, ਜੋ ਮਨ ਚ ਆਇਆ ਉਹਨੇ ਸੁੱਖ ਮਾਣਿਆ। ਕਿਛ ਨਾ ਵਸੂਰੇ, ਕੋਈ ਚਿੰਤਾ ਨਹੀਂ। ਗਰੀਬ ਨੂੰ ਚਿੰਤਾ ਹੈ ਕਿ ਸਵੇਰੇ ਰੋਟੀ ਕਿਵੇਂ ਚੱਲੇਗੀ। ਚੇਤੇ ਰੱਖਿਓ, ਅਮੀਰ ਤਾਂ ਉਹਨਾਂ ਕੁਝ ਬਰਬਾਦ ਕਰ ਦਿੰਦਾ ਕੂੜੇ ਵਿੱਚ, ਜਿੰਨੇ ਨਾਲ ਗਰੀਬਾਂ ਦੀਆਂ ਝੌਂਪੜੀਆਂ ਚ ਪੂਰਾ ਮੱਲਾ ਰੋਟੀ ਖਾ ਸਕਦਾ ਹੈ। ਉਂਝ ਵੈਸੇ ਸਤਿਗੁਰੂ ਦੀ ਬੜੀ ਕਿਰਪਾ ਹੈ, ਗੁਰੂ ਘਰ ਚ ਨਾ ਲੰਗਰ ਦੀ ਬੜੀ ਬਰਕਤ ਜੀ। ਮੈਨੂੰ ਯਾਦ ਇੱਕ ਵਾਰੀ ਸਾਡੇ ਪ੍ਰਿੰਸੀਪਲ ਸਤਬੀਰ ਸਿੰਘ ਹੋਣਾ ਕਿਹਾ ਸੀ ਕਿ ਤਕਰੀਬਨ 25-30 ਸਾਲ ਪਹਿਲਾਂ ਦੀ ਗੱਲ ਹੋਵੇਗੀ, ਉਹਨਾਂ ਇਹ ਗੱਲ ਕਹੀ ਸੀ ਉਸ ਵਕਤ ਸਾਰੀ ਗਿਣਤੀ ਮਿਣਤੀ ਕਰਕੇ ਕਿ ਜਿੰਨਾ ਪੂਰੇ ਗੁਰੂ ਘਰਾਂ ਚ ਲੰਗਰ ਪੱਕਦਾ ਹੈ, ਇੰਨੇ ਵਿੱਚ ਬੰਗਲਾਦੇਸ਼ ਦੀ ਪੂਰੀ ਜਨਸੰਖਿਆ 3 ਵਕਤ ਦੀ ਰੋਟੀ ਖਾ ਸਕਦੀ ਹੈ। ਪਰ ਮੈਂ ਫਿਰ ਵੀ ਅਰਜ਼ ਕਰਾਂਗਾ, ਰਸ ਭੋਗਣ ਪੂਰੇ, ਹਰ ਤਰ੍ਹਾਂ ਦਾ ਰਸ ਉਹਦੇ ਘਰ ਵਿੱਚ। ਸੁੰਦਰ ਸੇਜ ਅਨੇਕ ਸੁੱਖ ਰਸ ਭੋਗਣ ਪੂਰੇ, ਗ੍ਰਹਿ ਸੋਇਨ, ਚੰਦਨ ਸੁਗੰਧ ਲਾਏ ਮੋਤੀ ਹੀਰੇ। ਮਨ ਇੱਛੇ ਸੁੱਖ ਮਾਣਦਾ, ਕਿਛ ਨਾ ਵਸੂਰੇ, ਕਿ ਉਹ ਬੰਦਾ ਸੁਖੀ ਹੈ? ਮਹਾਰਾਜ ਕਹਿੰਦੇ ਨਹੀਂ, ਸੋ ਪ੍ਰਭ ਚੇਤਨਾ ਆਵੀ ਬਿਸ਼ਟਾ ਕੇ ਕੀਰੇ। ਤੂੰ ਕਹਿੰਦਾ ਹਾਈ ਫਾਈ, ਇਹੀ ਸ਼ਬਦ ਅਸੀਂ ਵਰਤਨੇ, ਇਹ ਹਾਈ ਫਾਈ ਬੰਦੇ ਨੇ। ਮੇਰਾ ਗੁਰੂ ਨਾਨਕ ਸਾਹਿਬ ਕਹਿੰਦਾ, ਗੰਦਗੀ ਦੇ ਕੀੜੇ ਨੂੰ ਹਾਈ ਫਾਈ ਮਤ ਕਹਿ, ਹਾਈ ਫਾਈ ਤੋਂ ਉਹ ਹੈ ਜੋ ਝੌਂਪੜੀ ਮੇਰੇ ਰਹਿ ਕੇ ਵੀ ਪਰਮਾਤਮਾ ਦੀ ਇਬਾਦਤ ਕਰਦਾ।